ਜੀ ਆਪਣਾ ਨਾਜ਼ਰੀਨ ਅਸਲਾਮ ਅਲੈਕੁਮ ਇਥਾਂ ਖੈਰ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਅਜ਼ਹਰ ਜਿੱਤੋਈ ਸਾਰੇ ਮਹਿਮਾਨ ਹਾਲੇ ਤੱਕ ਨਹੀਂ ਆਏ ਮੌਜਦੀਨ ਅਲਮਰੂਫ ਮੌਜੂ ਜਿਹੜੇ ਕਿ ਇੱਕ ਮਕਾਮੀ ਅਖਬਾਰ ਦੇ ਚੀਫ ਰਿਟਰਨ ਅਖਬਾਰ ਦਾ ਨਾਂ ਹੈ ਰੋਜ਼ਨਾਮਾ ਮੌਜ ਲੇਕਿਨ ਪ੍ਰੋਡਿਊਸਰ ਨੇ ਆ ਕੇ ਪ੍ਰੋਗਰਾਮ ਸ਼ੁਰੂ ਕਰ ਦਿਓ ਕੀ ਵਾਸਤੇ ਅਸਾਂ ਪ੍ਰੋਗਰਾਮ ਦਾ ਜਿਹੜਾ ਹੈ ਉਹ ਆਗਾਜ਼ ਕਰ ਦਿੰਦੇ ਸੀ ਵਾਓ ਡਰ ਗਈ ਹੈ ਨਾ ਤੂੰ ਸਮਝਿਆ ਵੀ ਉਤੋਂ ਅਮਰੀਕਾ ਆ ਗਈ ਹੈ ਮੈਂ ਕਿ ਡਰੋਨ ਅਟੈਕ ਠੀਕ ਹੈ ਸ਼ਕਲ ਵੀ ਤੇਰੀ ਡਰਾਵਣੀ ਹੈ ਹੁਣ ਕੀ ਕਰੂੰ ਜਲਦੀ ਨਾ ਹਮਲੇ ਦਾ ਨਾ ਡਰੋਨ ਤੇਰਾ ਮੂੰਹ ਹੈ ਡਰੋਨ ਵਾਲਾ ਯਾਰ ਪ੍ਰੋਗਰਾਮ ਸ਼ੁਰੂ ਥੀ ਕਿ ਨਾ ਆ ਤੇ ਜ਼ਦ ਕੇ ਮੈਂ ਥੀਵਾ ਅੱਛਾ ਇਹਦੇ ਜੋ ਖਬਰਾਂ ਕੀ ਮੈਂ ਕਿੰਦੋ ਜਿਨ੍ਹਾਂ ਦੀਆਂ ਬਾਕੀਆਂ ਟੋਰਾਂ ਸਾਡੇ ਨਾਲ ਗੁੱਸੇ ਰਹਿੰਦੇ ਤੇ ਦਰਸ਼ਨ ਦੇਣ ਦੀ ਹੋਰਾਂ ਉਹ ਮੈਂ ਇੱਥੇ ਖੜਾ ਮੀ ਖਬਰਾਂ ਝਪੇਂਦਾ ਖੜਾ ਖਬਰਾਂ ਝਪੇਂਦੇ ਜੀ ਸੈਟੇਲਾਈਟ ਤੋਂ ਖਬਰਾਂ ਆਉਂਦੀਆਂ ਪੈਣ ਨਾ ਉਹਨਾਂ ਕੋਈ ਝਪੇਂਦਾ ਖੜਾ ਮੈਂ ਜਿਵੇਂ ਲੋਕ ਉਹ ਗੁੱਡਿਆਂ ਨਹੀਂ ਲੁੱਟਦੇ ਉਵੇਂ ਮੈਂ ਖਬਰਾਂ ਲੁੱਟਦਾ ਪਿਆ ਵੀ ਬਸ ਤੇਰਾ ਅਖਬਾਰ ਉਹ ਪੁਰਾਣੇ ਜ਼ਮਾਨੇ ਦੇ ਬੰਦੇ ਖਬਰਾਂ ਝਪੇਂ ਸੇ ਤੂੰ ਦੌਰ ਜਦੀ ਦੌਰੇ ਤਲੇ ਆਵਾ ਨਾ ਯਾਰ ਲਾਲਾ ਪੁਰਾਣੇ ਦੌਰ ਦੀਆਂ ਕਿਹੜੀਆਂ ਖਬਰਾਂ ਮੇਰੇ ਕੋਲ ਪ੍ਰੈਸ ਲਗਾ ਖੜਾ ਹੈ ਤੇਰੇ ਮੂੰਹ ਜਿਹੜਾ ਜਿਹੜਾ ਛਪੇਦਾ ਢਕਾ ਇਹਨ ਛਪਦਿਆਂ ਮੇਰੇ ਕੋਲ ਲੱਗਦਾ ਕਿ ਤੁਹਾਡਾ ਪ੍ਰੈਸ ਵੀ ਜਿਹੜਾ ਹੈ ਕਿ ਨੌਲੋਲੀ ਕਾਰੋ ਸੀ ਅਸਲ ਵਿੱਚ ਨਾ ਜੀ ਬੋਲ ਬੋਲ ਕੇ ਨਾ ਤੁਹਾਡਾ ਦਿਮਾਗ ਪ੍ਰੈਸ ਥੀ ਗਿਆ ਉਹ ਸਹੀ ਪ੍ਰੈਸ ਤਾਂ ਤੁਹਾਡੀ ਸ਼ਕਲ ਲੱਗਦੀ ਹੈ ਦੋਹੇ ਪਾਸੋਂ ਪ੍ਰੈਸ ਥੇ ਲੱਗਦੋ ਦੇਖੋ ਨਾ ਦੋਹੇ ਪਾਸੋਂ ਪ੍ਰੈਸ ਤੋਂ ਤਾਰੋ ਕਰਾਮ ਦੀ ਜ਼ਰੂਰਤ ਕੋਈ ਨਹੀਂ ਕਿਉਂ ਹਰ ਪਾਸੋਂ ਪ੍ਰੈਸ ਹੋ ਪ੍ਰੈਸ ਤੇ ਲੋਕ ਜਿੱਤੇ ਹਾਂ ਤੇ ਗੱਲ ਤਾਂ ਉਹ ਹੋਈ ਨਾ ਮੌਜੂਦ ਨਾਜ਼ਰੀਨ ਪ੍ਰੋਗਰਾਮ ਦਾ ਆਗਾਜ਼ ਕਰੇ ਨੇ ਆ ਇਥਾਂ ਸਭ ਖੈਰ ਜੇ ਨ
ਉਹ ਪਹੁੰਚ ਪੈਂਦੀ। ਇਹ ਮੋਬਾਈਲ ਜਿਹੜਾ ਇਜਾਦ ਹੋ ਗਈ ਹੈ, ਇਹਦੇ ਵਿੱਚ ਹਵਾ ਦੇ ਵਿੱਚ ਲਹਿਰਾਂ ਹੁੰਦੀਆਂ, ਛੁਆਵਾਂ ਹੁੰਦੀਆਂ, ਜਿਹੜਾ ਇੱਕ ਸ਼ਹਿ ਗੁੱਡੂ ਦੀ ਇੱਕ ਗਾਲ ਗੁੱਡੂ ਜੀ ਜਗ੍ਹਾ ਤੇ ਗਿਣ ਗਈ। ਸਰ ਗੱਲ ਕਹਿੰਦੇ ਕਿ ਹਵਾ ਦੇ ਦੋਸ਼ ਦੇ ਉੱਤੇ ਅਸਾਂ ਕੰਮ ਕਹਿੰਦੇ ਪਏ, ਪ੍ਰੈਸ ਦਾ ਕੰਮ ਵਿਆਹ ਹੈ, ਹਵਾ ਦਾ ਕੰਮ ਵਿਆਹ ਹੈ, ਤੇ ਕਿਹੜਾ ਚੱਕਰੇ ਪੈ ਗਏ? ਉਹ ਲਾਲਾ, ਸਾਰੀਆਂ ਹਵਾ ਦੇ ਵਿੱਚੋਂ ਖਬਰਾਂ ਜਿਹੜੀਆਂ ਹੁੰਦੀਆਂ, ਹਵਾਈ ਖਬਰਾਂ ਹੁੰਦੀਆਂ ਨੇ, ਉਹਨਾਂ ਨੂੰ ਕਨਫਰਮ ਕਰਨਾ ਪਾਉਂਦੇ, ਵੱਲ ਉਹ ਸਾਡੇ ਕੋਲ ਜਮ੍ਹਾਂ ਥੀ ਵੀ ਨਹੀਂ, ਵੱਲ ਆਉਂਦੀਆਂ ਨੂੰ ਪ੍ਰੈਸ ਦੇ ਵਿੱਚ, ਜਿਹਦੇ ਵਿੱਚ ਰੋਟਾ ਅਤੇ ਸੋਲਨਾ ਮਸ਼ੀਨ ਕਦੀ ਦੇਖਿਆ ਨਹੀਂ, ਉਹਦੇ ਉੱਤੇ ਰੰਗੀਨ ਖਬਰਾਂ ਛਪਦੀਆਂ ਨੇ, ਅਗਰ ਰੰਗੀਨ ਅਖਬਾਰਾਂ। ਇੱਕ ਹੁੰਦੀ ਹੈ ਚੈਂਡਰ ਮਸ਼ੀਨ, ਚੈਂਡਰ ਉਹ ਕਿਆ ਚੈਂਡਰ ਮਸ਼ੀਨ ਹੁੰਦੀ, ਉਹਦੇ ਉੱਤੇ ਤਵਾ, ਇਵੇਂ ਗੋਲ ਤਵਾ ਤੇਰੇ ਮੂੰਹ ਵਾਲੀ ਕਾਰ ਲਗਾਉਂਦੇ, ਉਹਦੇ ਬਾਅਦ ਜਿਹੜਾ ਉਹ ਪ੍ਰੈਸ ਥਿੰਦੇ ਤੁਹਾਡੀ ਸ਼ਕਲ ਨਿਕਲ। ਤੁਸੀਂ ਆਖਦੇ ਹੋ ਕਿ ਲੋਕਾਂ ਨੂੰ ਉੱਠਣਾ ਚਾਹੀਦਾ, ਸਾਡੇ ਆਵਾਮ ਹੈ ਲੀਡਰ ਕਹਿੰਦੇ, ਆਵਾਮ ਦੇ ਅੰਦਰ ਸ਼ੋਰ ਹੋ ਗਈ, ਅਖਬਾਰ ਫੈਲਾਉਂਦੇ, ਮੀਡੀਆ ਫੈਲਾਉਂਦੇ, ਔਰ ਜਿਹੜਾ ਤੁਹਾਡਾ ਅਖਬਾਰ ਹੈ ਮਿਲਦਾ ਤੱਕ ਨਹੀਂ ਕਿਸੇ, ਅੱਜ ਤੱਕ ਮੈਂ ਤਾਂ ਨਹੀਂ ਦਿੱਤਾ, ਇਹ ਖਾ ਕਰਕੇ ਮੈਂ ਪੁੱਛੇ, ਉਹ ਆ ਕੇ ਘੇਰਾ ਕੇ ਮੌਜ ਮੌਜ ਜਾਂ ਛੋੜ ਪਰੇ ਕਿਹੜਾ ਅਖਬਾਰ ਹੈ। ਖੈਰ ਵੰਜ ਆਏ, ਇਹ ਦੇਖੋ ਮੇਰੇ ਹੱਥ ਹੈ ਜਿਹੜੀ ਚੀਜ਼ ਹੈ, ਤੁਹਾਨੂੰ ਕੀ ਲੱਗਦਾ ਇਹ ਪੱਖਾ ਹੈ? ਇਹ ਪੱਖਾ ਹੀ ਹੈ ਬੇ, ਕਿਆ ਹੈ ਇਹ? ਲਾਲਾ ਜੀ ਮੇਰਾ ਅਖਬਾਰ, ਓਏ ਹੋਏ, ਹੈ ਮੌਜ ਅਖਬਾਰ ਦੇ ਦੇ ਪਏ, ਓਏ ਹੋਏ, ਸ਼ਕਲ ਤੋਂ ਵੀ ਡੰਮੀ ਲੱਗਦੇ। ਇਹ ਦੁਨੀਆ ਦੇ 186 ਮੁਲਕਾਂ ਦੇ ਵਿੱਚ ਪੜਿਆ ਵੈਂਦਾ, ਅਗਰ ਮਿਲ ਵੰਜੇ ਤਾਂ। ਪਾਕਿਸਤਾਨ ਪੜ੍ਹਿਆ ਪੈਂਦਾ ਤਾਂ ਦੁਨੀਆਂ ਦੇ 186 ਮੁਲਕ ਕਦੇ ਕਿਸੇ ਵੀ ਤੰਦੂਰ ਤੋਂ ਰੋਟੀ ਗਿਨੋ ਤਾਂ ਭਲਾ, ਤੇ ਵੱਲ ਤੁਹਾਨੂੰ ਮੌਜ ਅਖਬਾਰ ਚ ਵੱਧ ਕੇ ਦੇ ਸਨ, ਕਿਉਂ ਭਲਾ? ਵਜ੍ਹਾ ਕਿਆ ਹੈ? ਕਿ ਉਥਾਂ ਹੀ ਤੰਦੂਰ ਦੇ ਉੱਤੇ ਛਪਦਾ ਹੈ, ਇਹ ਵਾਸਤੇ ਤਾਂ ਰੋਟੀ ਮਹਾਂਗੇ ਠੀਕ ਹਨ। ਇਹ ਅਖਬਾਰ ਦੁਨੀਆਂ ਚ ਜ਼ਿਆਦਾ ਤੋਂ ਜ਼ਿਆਦਾ ਪੜ੍ਹਿਆ ਪੈਂਦੇ, ਇਹਦਾ ਸਿਰਫ ਇਹ ਮਸਲਾ ਹੈ ਕਿ ਜਿਹੜੇ ਵੇਲੇ ਕੋਈ ਬੰਦਾ ਇਹਨੂੰ ਗਿਣਨ ਵੇਂਦੇ ਤੇ ਕਿਵੇਂ ਗਿਣਦੇ। ਘਰ ਜਾ ਕੇ ਉਹ ਚੰਗੀ ਤਰ੍ਹਾਂ ਪੜ੍ਹ ਕੇ ਤੇ ਉਹ ਕੋ ਸੇਫ ਕਰ ਲੈਂਦੇ ਨੇ, ਕਿਉਂ ਕਿ ਸੱਚੀ ਖਬਰ ਛਪੇ। ਦੇਖੋ ਮੈਂ ਹੁਣ ਪਤਾ ਲੱਗ ਗਿਆ ਤੁਹਾਡੀ ਖਬਰ ਦਾ, ਤੁਹਾਡੀ ਖਬਰ ਦੀ ਲੀਡ ਸਟੋਰੀ ਪੜੋ ਸੁਣਾ ਜੀ। ਸਭ ਤੋਂ ਪਹਿਲੇ ਮੈਂ ਤੁਹਾਡੀ ਮੈਂ ਲੀਡ ਸਟੋਰੀ ਦਾ ਸੁਣਾਉਂਦਾ ਨਾ, ਇਹ ਤੁਹਾਡੀ ਇਹ ਖਬਰ ਜਿਹੜੀ ਲੀਡ ਸਟੋਰੀ ਹੈ, ਮੇਰੇ ਕੋਲ ਹੁਣ ਸਮਝ ਨਹੀਂ ਆਉਂਦੀ ਵੀ ਕਿਆ ਸਟੋਰੀ ਲਈਏ। ਇਹ ਲੀਡ ਸਟੋਰੀ ਇਹ ਹੈ ਕਿ ਜਨਾਬ ਸ਼ੇਖ ਰਸ਼ੀਦ ਨੇ ਉਹ ਜਨਾਬ ਜਿੱਥੇ ਜਲਸਾ ਕੀਤੇ, ਪਤਾ ਕਿਤੇ ਜਲਸਾ ਕੀਤਾ? ਭੂਸੇ ਦੇ ਗੋਦਾਮ ਜਲਸਾ ਕੀਤਾ। ਵਾਹ 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 ਵਾਹ, ਉਹ ਕਿਆ ਸਟੋਰੀ? ਜਤੋਈ ਸਾਹਿਬ, ਇਹ ਵਾਸਤੇ ਮੈਂ ਤੁਹਾਨੂੰ ਕਹਾਂ ਕਿ ਤੁਹਾਡਾ ਉਤਲਾ ਪੋਰਸ਼ਨ